ਅੰਟਾਰੀਓ ਦੇ ਅੱਜ ਕੋਵਿਡ 19 ਦੇ 1072 ਨਵੇਂ ਕੇਸ ਦਰਜ ਕੀਤੇ ਨੇ ਅਤੇ 41 ਮੌਤਾਂ ਰਿਪੋਰਟ ਹੋਈਆਂ ਨੇ। ਸੂਬੇ ਦੇ ਕੇਸਾਂ ਵਿੱਚ ਕੁਝ ਗਿਰਾਵਟ ਦਰਜ ਹੋ ਰਹੀ ਹੈ। ਉਧਰ ਦੂਜੇ ਪਾਸੇ ਫੋਰਟ ਸਰਕਾਰ ਨੇ ਨਵੇਂ ਵਿੱਤ ਮੰਤਰੀ ਨੇ ਅੱਜ ਇੱਕ ਵਿੱਤੀ ਅਪਡੇਟ ਦਿੱਤੀ। ਇਸ ਵਿੱਚ ਕੋਈ ਦੋ ਰਾਏ ਨਹੀਂ ਜਾਂ ਹੈਰਾਨਕੁਨ ਗੱਲ ਨਹੀਂ ਕਿ 38.5 ਬਿਲੀਅਨ ਡਾਲਰਸ ਦੇ ਕਰਜ਼ੇ ਦੇ ਨਾਲ ਇੱਕ ਰਿਕਾਰਡ ਕਾਇਮ ਹੋ ਗਿਆ ਹੈ। ਅੱਜ ਦੀ ਵਿੱਤੀ ਅਪਡੇਟ ਅਨੁਸਾਰ ਸਰਕਾਰ ਛੋਟੇ ਕਾਰੋਬਾਰਾਂ ਅਤੇ ਹਸਪਤਾਲਾਂ ਦੀ ਸਹਾਇਤਾ ਲਈ ਮਹਾਮਾਰੀ ਦੌਰਾਨ 2.6 ਬਿਲੀਅਨ ਡਾਲਰਸ ਖਰਚ ਕਰਨ ਦੀ ਉਮੀਦ ਕਰ ਰਹੀ ਹੈ। ਇਹ ਕੁੱਲ ਕੋਵਿਡ ਖਰਚਿਆਂ ਨੂੰ 13.3 ਬਿਲੀਅਨ ਡਾਲਰਸ ਤੱਕ ਲੈ ਜਾਵੇਗਾ। ਇਹ ਸਾਰੀ ਰਾਸ਼ੀ ਫੈਡਰਲ ਸਰਕਾਰ ਦੁਆਰਾ ਦਿੱਤੀ ਜਾ ਰਹੀ ਹੈ ਅਤੇ ਸੂਬੇ ਦੁਆਰਾ ਖਰਚੇ ਮਿੱਥੇ ਜਾ ਰਹੇ ਨੇ। ਇਸ ਲਈ ਇਹ ਜ਼ਰੂਰੀ ਨਹੀਂ ਕਿ ਸਾਰੀ ਰਾਸ਼ੀ ਖਰਚ ਕਰ ਦਿੱਤੀ ਗਈ ਹੋਵੇ। ਵਿਰੋਧੀ ਧਿਰ ਨੇ ਦੋਸ਼ ਲਗਾਇਆ ਕਿ ਸੂਬਾ ਫੈਡਰਲ ਫੰਡਸ ਰੱਖ ਕੇ ਬੈਠਾ ਹੋਇਆ ਹੈ, ਜਿਸ ਨੂੰ ਅੱਜ ਵਿੱਤ ਮੰਤਰੀ ਨੇ ਸਖਤੀ ਨਾਲ ਨਕਾਰ ਦਿੱਤਾ। I'm here again to tell you today that that money has been allocated, it's being spent. We have serious concerns about how slowly the government has been spending and investing in the people of this province. We have serious concerns around the $427 million that was not spent specifically around social services, primarily because that's a vulnerable population. ਇੱਕ ਹੋਰ ਧਿਆਨਯੋਗ ਗੱਲ ਇਹ ਹੈ ਕਿ ਫੋਰਡ ਸਰਕਾਰ ਮਹਾਮਾਰੀ ਦੌਰਾਨ ਸਮਾਜਿਕ ਸਹਾਇਤਾ ਤੇ ਬਜਟ ਵਿੱਚ ਦੱਸੇ ਗਏ ਖਰਚੇ ਨਾਲੋਂ 427 ਮਿਲੀਅਨ ਡਾਲਰਸ ਘੱਟ ਖਰਚ ਕਰ ਰਹੀ ਹੈ। ਉਹਨਾਂ ਨੂੰ ਇਸ ਦਾ ਕਾਰਨ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਫੈਡਰਲ ਫੰਡਸ ਇਸ ਖਰਚੇ ਨੂੰ ਕਵਰ ਕਰ ਰਹੇ ਨੇ। ਡਿਸਐਬਿਲਿਟੀਜ਼ ਵਾਲੇ ਵਿਅਕਤੀ ਜੋ ਸਮਾਜਿਕ ਸਹਾਇਤਾ ਤੇ ਜਾਂ ODSB ਤੇ ਨਿਰਭਰ ਹਨ, ਕਾਫੀ ਚਿਰ ਤੋਂ PPE, ਆਵਾਜਾਈ ਅਤੇ ਖਾਣੇ ਸੰਬੰਧੀ ਹੋ ਰਹੇ ਵਧੇਰੇ ਖਰਚੇ ਨੂੰ ਕਵਰ ਕਰਨ ਲਈ ਬੇਨਤੀਆਂ ਕਰ ਰਹੇ ਨੇ। ਫਿਲਹਾਲ ਓਨਟੈਰੀਓ ਵਿੱਚ ਇੱਕ ਡਿਸਐਬਿਲਿਟੀ ਵਾਲਾ ਵਿਅਕਤੀ ਸੋਸ਼ਲ ਅਸਿਸਟੈਂਸ ਵਿੱਚ ਵੱਧ ਤੋਂ ਵੱਧ 1169 ਡਾਲਰਸ ਦੀ ਮਦਦ ਲੈ ਸਕਦਾ ਹੈ, ਜਿਸ ਨਾਲ ਉਸਦੇ ਰੈਂਟ, ਫੂਡ ਅਤੇ ਰੋਜ਼ਮਰ੍ਰਾ ਦੇ ਖਰਚੇ ਚੱਲਦੇ ਰਹਿਣ। ਪਿਛਲੇ 22 ਸਾਲਾਂ ਵਿੱਚ ਇਸ ਰਕਮ ਵਿੱਚ ਸਿਰਫ 239 ਡਾਲਰਸ ਦਾ ਵਾਧਾ ਹੋਇਆ ਹੈ।